ਫਾਜ਼ਿਲਕਾ ਦੇ ਫਿਰੋਜ਼ਪੁਰ ਰੋਡ ਤੇ ਐਕਟਿਵਾ ਨੂੰ ਟੱਕਰ ਮਾਰ ਕੇ ਭੱਜਣ ਵਾਲੇ ਅਗਿਆਤ ਵਾਹਨ ਚਾਲਕ ਦੇ ਖਿਲਾਫ ਪਰਚਾ ਦਰਜ ਪੁਲਿਸ ਕਰ ਰਹੀ ਹੈ ਮਾਮਲੇ ਦੀ ਜਾਂਚ। ਫਾਜ਼ਿਲਕਾ ਦੇ ਫਿਰੋਜ਼ਪੁਰ ਰੋਡ ਤੇ ਐਕਟਿਵਾ ਨੂੰ ਟੱਕਰ ਮਾਰ ਕੇ ਭੱਜਣ ਵਾਲੇ ਅਗਿਆਤ ਵਾਹਨ ਚਾਲਕ ਦੇ ਖਿਲਾਫ ਥਾਣਾ ਸਿਟੀ ਪੁਲਿਸ ਵੱਲੋਂ ਪਰਚਾ ਦਰਜ ਕਰ ਲਿਆ ਗਿਆ ਹੈ। ਇਸ ਟੱਕਰ ਦੇ ਵਿੱਚ ਇੱਕ ਐਕਟਿਵਾ ਸਵਾਰ ਵਿਅਕਤੀ ਦੀ ਮੌਤ ਹੋ ਗਈ ਸੀ ਜਦਕਿ ਦੂਜਾ ਬੁਰੀ ਤਰ੍ਹਾਂ ਨਾਲ ਜ਼ਖਮੀ ਹੋ ਗਿਆ ਸੀ ਜਿਸ ਨੂੰ ਉਪਚਾਰ ਦੇ ਲਈ ਫਾਜ਼ਿਲਕਾ ਦੇ ਸਿਵਲ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਸੀ ਜਿਸ ਨੂੰ ਬਾਅਦ ਦੇ ਵਿੱਚ ਫਰੀਦਕੋਟ ਰੈਫਰ ਕਰ ਦਿੱਤਾ ਗਿਆ ਸੀ। ਥਾਣਾ ਸਿਟੀ ਪੁਲਿਸ ਵੱਲੋਂ ਹੋਟਲ ਸਕਸ਼ਮ ਡ੍ਰੀਮ ਦੇ ਮੈਨੇਜਰ ਸਤਨਾਮ ਸਿੰਘ ਦੀ ਸ਼ਿਕਾਇਤ ਦੇ ਆਧਾਰ ਤੇ ਅਗਿਆਤ ਵਾਹਨ ਚਾਲਕ ਦੇ ਖਿਲਾਫ ਧਾਰਾ 279 337 338 ਅਤੇ 304 A ਦੇ ਤਹਿਤ ਪਰਚਾ ਦਰਜ ਕਰਕੇ ਅਗਿਆਤ ਵਾਹਨ ਚਾਲਕ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ। ਇਹ ਸੈਕਸ਼ਨ ਹੋਟਲ ਦੇ ਦੋ ਕਰਮਚਾਰੀ ਸੀਗੇ ਜੀ, ਦੀਪਕ ਕੁਮਾਰ ਸੀ ਇੱਕ ਸੀਗਾ, ਸਮਿਤ ਕੁਮਾਰ ਸਾਹੂ, ਜਿਹੜੇ ਐਕਟਿਵਾ 'ਤੇ ਲੈ ਕੇ ਅਤੇ ਇੱਧਰ ਸਾਡੇ ਪੁਲ ਦੇ ਫਾਜ਼ਿਲਕਾ ਜਿਹੜਾ ਓਵਰਬ੍ਰਿਜ ਹੈ ਉਹਦੇ ਕੋਲ ਫਾਜ਼ਿਲਕਾ ਤੋਂ ਜਾ ਰਹੇ ਸੀ ਉੱਪਰ, ਅਤੇ ਉਹਦੇ ਵਿੱਚ ਉਹਦੇ ਨਾਲ ਕਾਰ ਵਿੱਚ ਉਹਨਾਂ ਦੀ ਟੱਕਰ ਹੋਣ ਕਰਕੇ ਦੀਪਕ ਕੁਮਾਰ ਦੀ ਸੱਟਾਂ ਜ਼ਿਆਦਾ ਮਤਲਬ ਕਿ ਮੌਤ ਹੋ ਗਈ ਅਤੇ ਸਾਹੂ ਕੁਮਾਰ ਜਿਹੜਾ ਕਾਫੀ ਜਿਹੜੇ ਕੁਝ 104 A 279 337 38 427 IPC ਦੀ ਮੁਕੰਮਲ ਦਰਜ ਕਰਕੇ ਮ੍ਰਿਤਕ ਦੀਪਕ ਕੁਮਾਰ ਦੀ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਕਰ ਕੇ ਵਾਰਸਾਂ ਦੇ ਵਾਲੇ ਕਰ ਦਿੱਤੀ ਹੈ ਅਤੇ ਦੋਸ਼ੀਆਂ ਦੀ ਤਲਾਸ਼ ਜਾਰੀ ਹੈ। ਕੋਈ ਪਤਾ ਲੱਗਿਆ ਜੀ ਕਾਰ ਦਾ ਨੰਬਰ ਜਾਂ ਕਾਰ ਕੌਣ ਸੀ ਕੌਣ ਚਲਾ ਰਿਹਾ ਸੀ? ਹਜੇ ਤੱਕ ਕੋਈ ਇਨਵੈਸਟੀਗੇਸ਼ਨ 'ਚ ਕਾਰ ਬਾਰੇ ਨਹੀਂ ਆਇਆ, ਲੇਕਿਨ ਇਨਵੈਸਟੀਗੇਸ਼ਨ ਅਤੇ ਸੀ ਸੀ ਟੀ ਵੀ ਕੈਮਰੇ ਦੀ ਫੁਟੇਜ ਨੂੰ ਸੰਭਾਲ ਕੇ ਅਤੇ ਦੋਸ਼ੀਆਂ